ਪੰਜਾਬੀਓ ਸਿਆਣੇ ਕਹਿੰਦੇ ਨੇ ਦਇਆ ਤੋਂ ਵੱਡਾ ਕੋਈ ਧਰਮ ਨਹੀਂ ਦਇਆ ਤੋਂ ਵੱਡਾ ਕੋਈ ਤੀਰਥ ਨਹੀਂ ਦਇਆ ਤੋਂ ਵੱਡਾ ਕੋਈ ਹਜ ਨਹੀਂ ਦਇਆ ਤੋਂ ਵੱਡੀ ਕੋਈ ਗੰਗਾ ਦਾ ਨਾਉਣ ਨਹੀਂ ਜਿੱਥੇ ਦਇਆ ਉੱਥੇ ਪ੍ਰਮਾਤਮਾ ਦਾ ਵਾਸਾ ਇੱਕ ਵਾਰ ਦੀ ਗੱਲ ਹੈ ਕਿ ਕੁਝ ਫਕੀਰ ਮੱਕੇ ਦਾ ਹੱਜ ਕਰਨ ਲਈ ਜਾ ਰਹੇ ਸੀ ਤੁਰੇ ਗਏ ਰੱਬ ਰੱਬ ਕਰਦੇ ਅੱਲਾ ਅੱਲਾ ਕਰਦੇ ਤੁਰੇ ਗਏ ਰਸਤੇ ਦੇ ਵਿੱਚ ਅਚਾਨਕ ਕਿਤੇ ਫਕੀਰਾਂ ਦਾ ਰੁਕਣਾ ਹੋਇਆ ਜਦੋਂ ਉੱਥੇ ਬੈਠੇ ਦੁਆ ਬੇਨਤੀ ਕਰਨ ਲੱਗੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਤਾਂ ਜਦੋਂ ਦੁਆ ਬੇਨਤੀ ਕਰਨ ਲੱਗੇ ਲੱਗੇ ਇੱਕ ਖੂਹਾ ਸੀ ਉਹਦੇ ਵਿੱਚੋਂ ਕਿਸੇ ਦੇ ਰੋਣ ਦੀ ਆਵਾਜ਼ ਆਈ ਜਦੋਂ ਰੋਣ ਦੀ ਆਵਾਜ਼ ਆਈ ਤੇ ਫਕੀਰਾਂ ਨੇ ਉੱਥੇ ਦੁਆ ਬੰਦ ਕਰਤੀ ਜਦੋਂ ਦੁਆ ਬੰਦ ਕਰੀ ਕਿਉਂਕਿ ਦੁਆ ਦੇ ਵਿੱਚ ਵਿਗੜਨ ਪੈ ਰਿਹਾ ਸੀ ਉਹ ਇੰਨਾ ਮਤਲਬ ਚੀਕ ਰਹੇ ਸੀ ਕਰਲਾ ਰਹੇ ਸੀ ਜਦੋਂ ਉਹਨਾਂ ਨੇ ਧਿਆਨ ਮਾਰਿਆ ਖੂਖੇ ਦੇ ਵਿੱਚ ਤਾਂ ਕੁਝ ਛੋਟੇ-ਛੋਟੇ ਕਤੂਰੇ ਸੀ ਤੇ ਕੋਈ ਜਿਹੜੀ ਕੁੱਤੀ ਸੀਗੀ ਉਹ ਨਾਲ ਹੀ ਉਹਨਾਂ ਦੇ ਉਹ ਗਿਰਗੀ ਤੇ ਨਾਲ ਉਹ ਗਰੇ ਹੋਏ ਸੀਗੇ ਜਦੋਂ ਉਹਨਾਂ ਨੇ ਉਹ ਚੀਜ਼ ਦੇਖੀ ਤੇ ਉਹਨਾਂ ਨੇ ਸੋਚਿਆ ਵੀ ਚਲੋ ਛੱਡੋ ਆਪਾਂ ਪਹਿਲੀ ਲੇਟ ਹੋ ਗਏ ਅੱਗੇ ਆਪਾਂ ਨੇ ਜਾਣਾ ਬਹੁਤ ਦੂਰ ਜਾਣਾ ਹੱਜ ਕਰਨ ਦੇ ਲਈ ਤਾਂ ਉਹਨਾਂ ਦੇ ਵਿੱਚੋਂ ਇੱਕ ਫਕੀਰ ਦੇ ਅੰਦਰ ਦਇਆ ਪੈਦਾ ਹੋਈ ਉਹ ਸੋਚਣ ਲੱਗਿਆ ਵੀ ਪ੍ਰਮਾਤਮਾ ਅੱਲਾ ਜੇ ਮੇਰੇ ਚ ਵੱਸਦਾ ਤਾਂ ਇਹਨਾਂ ਦੇ ਵਿੱਚ ਵੀ ਵੱਸਦਾ ਉਹ ਨਾਲ ਦੇ ਫਕੀਰਾਂ ਨੂੰ ਕਹਿਣ ਲੱਗਾ ਕਹਿੰਦਾ ਫਕੀਰੋ ਤੁਸੀਂ ਜਾਓ ਮਹਾਰਾਜ ਕਹਿੰਦਾ ਮੈਂ ਆਉਣਾ ਕਹਿੰਦਾ ਕਹਿੰਦਾ ਮੈਨੂੰ ਅੱਲਾ ਦਾ ਹੁਕਮ ਆ ਗਿਆ ਵੀ ਮੈਂ ਇਹਨਾਂ ਨੂੰ ਕੱਢ ਕੇ ਆਉਂਗਾ ਸੋ ਉਹ ਯਤਨ ਕਰਨ ਲੱਗਿਆ ਹੌਲੀ ਹੌਲੀ ਕਰਕੇ ਉਹਨੇ ਉਹ ਬਾਹਰ ਕੱਢ ਲੇ ਪਾਣੀ ਪਾਇਆ ਉਹਨਾਂ ਨੂੰ ਜਿਹਾ ਜਿਹਾ ਕੁਸ ਉਹਦੇ ਪੱਲੇ ਬੰਨਿਆ ਹੋਇਆ ਸੀਗਾ ਪਹਿਲੇ ਜ਼ਮਾਨਿਆਂ ਦੇ ਵਿੱਚ ਅੱਗੇ ਕੁਝ ਰੋਟੀ ਟੁਕ ਬੰਨ ਲੈਂਦੇ ਸੀ ਕੋਈ ਛੋਲੇ ਵਗੈਰਾ ਬੰਨ ਲੈਂਦੇ ਸੀਗੇ ਇਹ ਚੀਜ਼ਾਂ ਆਮ ਹੁੰਦੀਆਂ ਸੀ ਮੋਢਿਆਂ ਦੇ ਉੱਤੇ ਪਰਨੇ ਧਰੇ ਹੁੰਦੇ ਪੂਰੀਆਂ ਧਰੀਆਂ ਹੁੰਦੀਆਂ ਲੋਈਆਂ ਧਰੀਆਂ ਹੁੰਦੀਆਂ ਲਿਗੀਆਂ ਜਿੱਦਾਂ ਦਾ ਉਹ ਸਮਾਂ ਸੀਗਾ ਤੇ ਉਹਨੇ ਜਿਹੜਾ ਪੱਲੇ ਸੀ ਉਹਦੇ ਉਹ ਉਹ ਕੁੱਤਿਆਂ ਨੂੰ ਖਵਾਤਾ ਉਹ ਬਲੂਂਗ ਕਤੂਰਿਆਂ ਨੂੰ ਖਵਾਤਾ ਤੇ ਉਸ ਤੋਂ ਬਾਅਦ ਕੱਢ ਕੇ ਉੱਥੇ ਬਹਿ ਕੇ ਦੁਆ ਪੜਨ ਲੱਗ ਗਿਆ ਤੇ ਜਦੋਂ ਦੁਆ ਪੜਨ ਲੱਗਿਆ ਪ੍ਰਮਾਤਮਾ ਦੇ ਘਰ ਦਾ ਉਹਨੂੰ ਉੱਥੋਂ ਉੱਥੇ ਬੈਠੇ ਬੈਠੇ ਉਹਨੂੰ ਹੱਜ ਹੋ ਗਿਆ ਜਦੋਂ ਦਾ ਹੱਜ ਹੋ ਗਿਆ ਉੱਥੇ ਬੈਠਾ ਰਿਹਾ ਪਰਮਾਤਮਾ ਦਾ ਅੱਲਾ ਦਾ ਨਾਮ ਲੈਂਦਾ ਰਿਹਾ ਉਸ ਟਾਈਮ ਬਾਅਦ ਕੁਝ ਮਹੀਨਿਆਂ ਬਾਅਦ ਜਦੋਂ ਦੇ ਸਾਥੀ ਆਏ ਉਥੋਂ ਦੀ ਉਹ ਕਹਿੰਦੇ ਵੀ ਤੂੰ ਇੱਥੇ ਬੈਠਾ ਕਹਿੰਦਾ ਜੀ ਬਸ ਮੈਨੂੰ ਕਹਿੰਦਾ ਜੋ ਅੱਲਾ ਨੇ ਹੁਕਮ ਦਿੱਤਾ ਕਹਿੰਦਾ ਵੀ ਮੈਂ ਮੇਰੇ ਤੋਂ ਅੱਗੇ ਕਹਿੰਦਾ ਜਾ ਨਹੀਂ ਹੋਇਆ ਕਹਿੰਦਾ ਵੀ ਮੈਂ ਇਹਨਾਂ ਦਾ ਦਰਦ ਦੇਖ ਨਹੀਂ ਸਕਿਆ ਕਹਿੰਦਾ ਉਹ ਕਹਿਣ ਲੱਗਾ ਕਹਿੰਦਾ ਭਾਈ ਤੁਸੀਂ ਹੱਜ ਕਰਿਆ ਏ ਉਹ ਕਹਿੰਦੇ ਜੀ ਹਾਂ ਕਰਿਆ ਏ ਕਹਿੰਦਾ ਕੋਈ ਦਰਸ਼ਨ ਦੇਦਾਰ ਹੋਇਆ ਕਿਸੇ ਨੂੰ ਉਹ ਕਹਿੰਦੇ ਜੀ ਨਾ ਬਸ ਕਹਿੰਦੇ ਜਿਵੇਂ ਪਰੰਪਰਾ ਸੀ ਪਰੰਪਰਾ ਪੂਰੀ ਕਰਿਆ ਜਿੱਦਾਂ ਰੀਤੀ ਰਿਵਾਜ ਆ ਉਹਨਾਂ ਦਾ ਉਹ ਕਹਿੰਦਾ ਜੀ ਮੇਰੇ ਕੋਲੇ ਕੋਈ ਕਾਲੀ ਕੰਮਲੀ ਵਾਲਾ ਫਕੀਰ ਆਇਆ ਧੀ ਤੇ ਮੈਨੂੰ ਨਾਲ ਲੈ ਗਿਆ ਤੇ ਮੈਨੂੰ ਮੱਕੇ ਦਾ ਹੱਜ ਕਰਾ ਲੈ ਆ ਤੇ ਫਿਰ ਇੱਥੇ ਛੱਡ ਗਿਆ ਤੇ ਉਹ ਸੁਣ ਕੇ ਮਤਲਬ ਕਿ ਐਨੇ ਕਿ ਹੈਰਾਨ ਹੋਏ ਐਨੇ ਕਿ ਭੈ ਭੀਤ ਹੋਏ ਉਹ ਸੋਚਣ ਲਈ ਮਜਬੂਰ ਹੋ ਗਏ ਵੀ ਕੀ ਐਸਾ ਕਰਮ ਹੈ ਵੀ ਜਿਹੜਾ ਸਾਡੇ ਤੋਂ ਹੋਇਆ ਨਹੀਂ ਸਾਨੂੰ ਉਸ ਢੰਗ ਨਾਲ ਜਿਹدار ਨਹੀਂ ਹੋਏ ਅੱਲਾ ਦੇ ਜਿਵੇਂ ਹੋਣੇ ਚਾਹੀਦੇ ਨੇ ਤੇ ਅਸੀਂ ਪੂਰੀਆਂ ਰਸਮੋ ਰਿਵਾਜ ਸੋ ਉਹਨਾਂ ਨੇ ਅੱਲਾ ਨੂੰ ਯਾਦ ਕੀਤਾ ਸ਼ਿਕਵਾ ਕੀਤਾ ਤੇ ਆਕਾਸ਼ ਦੇ ਵਿੱਚੋਂ ਇੱਕ ਆਵਾਜ਼ ਆਈ ਆਵਾਜ਼ ਆਈ ਕਿਸੇ ਫਕੀਰ ਦੀ ਉਹ ਕਹਿੰਦਾ ਫਕੀਰੋ ਕਹਿੰਦਾ ਇਹਨੂੰ ਮੈਂ ਇਸ ਕਰਕੇ ਹੱਜ ਕਰਾਇਆ ਇਸ ਕਰਕੇ ਮੈਂ ਲੈ ਕੇ ਗਿਆ ਕਹਿੰਦਾ ਇਸ ਕਰਕੇ ਨੂੰ ਦਦਾਰ ਦਿੱਤਾ ਕਹਿੰਦਾ ਇਹਦੇ ਅੰਦਰ ਦਿਆ ਇਹਨੇ ਜਾਨ ਬਚਾਈ ਆ ਕਿਸੇ ਦੀ ਕਹਿੰਦਾ ਇਹਨੇ ਭੁੱਖਿਆਂ ਉੱਤੇ ਤਰਸ ਕਮਾਇਆ ਸੋ ਜਿੱਥੇ ਕਹਿੰਦਾ ਦਿਆ ਉੱਥੇ ਮੈਂ ਆ ਉੱਥੇ ਅੱਲਾ ਹੈ ਉੱਥੇ ਪ੍ਰਮਾਤਮਾ ਦਾ ਸੋ ਦਿਆ ਜਿਹੜੀ ਉਹ ਸਭ ਤੋਂ ਵੱਡੀ ਹੈ ਸੋ ਧਰਮ ਕਰਮ ਸਾਰਾ ਕੁਝ ਮਗਰੋਂ ਹੈ ਸੋ ਨੇ ਦਿਆ ਕੀਤੀ ਉਹਨਾਂ ਕਤੂਰਿਆਂ ਉੱਤੇ ਉਸ ਕੁੱਤੀ ਉੱਤੇ ਸੋ ਨੂੰ ਅੱਲਾ ਦੇ ਦਰਸ਼ਣ ਦੇਦਾਰ ਹੋਏ ਸੋ ਜਿਹੜੇ ਦੂਸਰੇ ਸੀਗੇ ਉਹਨਾਂ ਦੇ ਅੰਦਰ ਦਿਆ ਨਹੀਂ ਸੀਗੀ ਉਹ ਸਿਰਫ ਤੇ ਸਿਰਫ ਦਿਖਾਵਾ ਸੀ ਸੋ ਮਿੱਤਰੋ ਮੇਰਿਓ ਦਿਖਾਵਿਆਂ ਤੋਂ ਬਚਿਆ ਕਰੋ ਤੇ ਅੰਦਰ ਦਿਆ ਭਾਵਨਾ ਰੱਖਿਆ ਕਰੋ ਸ਼ੁਕਰਾਨ ਦੇ ਵਿੱਚ ਵੀ ਲਿਖਿਆ ਹੋਇਆ ਕਹਿੰਦਾ ਸਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਇਹ ਪੁੱਛ ਲਿਆ ਕਰੋ ਖਾਣਾ ਖਾਣ ਤੋਂ ਪਹਿਲਾਂ ਕਿ ਤੁਹਾਡੇ ਗਵਾਂਢੀ ਨੇ ਖਾਦਾ ਕਿ ਨਹੀਂ ਕਿਤੇ ਭੁੱਖਾ ਤਾਂ ਨਹੀਂ ਸੌਂ ਗਿਆ ਜੇ ਉਹ ਭੁੱਖਾ ਸੌ ਗਿਆ ਤਾਂ ਜਿਹੜੀ ਤੁਹਾਡੀ ਕੀਤੀ ਹੋਈ ਆਵਾਜ਼ ਤਾਂ ਉਹ ਸਾਰੀ ਬੇਅਰਥ ਹੈ ਸੋ ਦਿਆ ਦਿਆ ਬਹੁਤ ਜ਼ਰੂਰੀ ਹੈ ਸੋ ਪੰਜਾਬੀਓ ਦਿਆ ਕਰਿਆ ਕਰੋ ਮੁਹੱਬਤ ਕਰਿਆ ਕਰੋ ਪਿਆਰ ਕਰਿਆ ਕਰੋ ਸੋ ਵੀਡੀਓ ਚੰਗੀ ਲੱਗੀ ਗੱਲ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ